ਅਧੀਨ ਪੈਂਦੇ ਪਿੰਡ ਮਹਿਣੀਆਂ ਵਿਖੇ ਦੇਰ ਰਾਤ ਚੱਲੀਆਂ ਗੋਲੀਆਂ। ਗੰਭੀਰ ਜ਼ਖਮੀ ਲੋਕਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ। ਪੁਲਿਸ ਪਹੁੰਚੀ ਮੌਕੇ 'ਤੇ, ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੰਜਾਬ 'ਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਡਾਵਾਡੋਲ ਹੁੰਦੀ ਨਜ਼ਰ ਆ ਰਹੀ ਹੈ। ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮਹਿਣੀਆਂ ਦਾ ਹੈ, ਜਿੱਥੇ ਦੇਰ ਰਾਤ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ 2 ਲੋਕ ਜ਼ਖਮੀ ਵੀ ਹੋਏ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਜਾਤੀ ਸੂਚਕ ਸ਼ਬਦ ਬੋਲਦਿਆਂ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਸਿੱਧੀ ਗੋਲੀ ਚਲਾ ਦਿੱਤੀ। ਪੀੜਿਤ ਨੇ ਦੱਸਿਆ ਕਿ ਪਿੰਡ ਵਿੱਚ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਫਿਰ ਵੀ ਉਹਨਾਂ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਹੁਣ ਅਸੀਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮਹਿਣੀਆਂ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਉਹ ਮੌਕੇ 'ਤੇ ਪਹੁੰਚ ਗਏ ਹਨ ਅਤੇ 2 ਵਿਅਕਤੀ ਜ਼ਖਮੀ ਹੋਏ ਹਨ ਅਤੇ ਅਸੀਂ ਜ਼ਖਮੀਆਂ ਦੇ ਬਿਆਨ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ, ਕੀ ਹੋਇਆ ਜੀ? ਸਰ, ਅਸੀਂ ਤੇ ਘਰ ਬੈਠੇ ਹਾਂ, ਸਾਨੂੰ ਤੇ ਪਤਾ ਨਹੀਂ ਇਹ ਗੱਲ ਦਾ। ਟ੍ਰਾਂਸਫਾਰਮਰ ਤੋਂ ਸੋਚ ਕੱਟਿਆ, ਇਹ ਬੱਚੇ ਸਾਡੇ ਬਾਹਰ ਹੈਗੇ ਸੀ ਤੇ ਸਾਡਾ ਤਾਂ ਕੋਈ ਝਗੜੇ ਵਾਲਾ ਹੈ ਹੀ ਨਹੀਂ। ਗੱਲਬਾਤ ਇਹਨਾਂ ਆ ਕੇ ਕਾਫੀ ਜਾਣੇ ਸੀ, ਆ ਕੇ ਗੋਲੀ ਸਿੱਧੀਆਂ ਗੋਲੀਆਂ ਮਾਰੀਆਂ ਜੀ। ਬੱਚੇ ਨਿਕਲ ਕੇ, ਬੱਚੇ ਜਿਹੜੇ ਬਿਲਕੁਲ ਮਾਂ ਬੱਚੇ ਆ, ਪਰ ਇਹਨਾਂ ਨੇ ਜਾਤੀ ਬਾਰੇ ਬੜਾ ਮਾਰੇ ਸ਼ਬਦ ਕਹੇ ਆ, ਚੂੜੇ ਚ ਕਹਿ ਕੇ, ਚੂੜੇ ਚ ਮਾਰ ਕਹਿ ਕੇ। ਅਸੀਂ ਇਹਨਾਂ ਨੂੰ ਅਸੀਂ ਸਰ, ਮੈਂ ਤਾਂ ਦਿਹਾੜੀਦਾਰ ਬੰਦੇ ਆ, ਇਹ ਤਗੜੇ ਆ ਤੇ ਫਿਰ ਇਹ ਥੋੜਾ ਇੰਨਾ ਵੀ ਧੱਕਾ ਨਹੀਂ ਚਾਹੀਦਾ ਕਿ ਭਾਈ ਗੋਲੀ ਲੱਗੀ ਹੈ ਭਾਈ, 2 ਜਾਣਿਆਂ ਦੇ ਗੋਲੀ ਲੱਗੀ। ਕਾਰਨ ਕੀ ਗੋਲੀ ਚਲਾਉਣ ਦਾ? ਕਾਰਨ ਸਰ ਹੰਕਾਰ, ਆਪਣੇ ਆਪ ਉਹਨਾਂ ਨੂੰ ਹੰਕਾਰ ਦੋ ਜੀ, ਅਸੀਂ ਤਗੜੇ ਹੈਗੇ ਆ। ਕਿਹੜੇ ਬੰਦੇ ਦਾ ਮਾਮਲਾ ਹੋਇਆ ਤੇ ਕੌਣ ਬੰਦੇ ਨੇ ਗੋਲੀ ਚਲਾਈ? ਸਰ ਇੱਕ ਕਵਲ ਸੀ, ਹੋਰ ਇੱਕ ਲਵ ਸੀ, ਨਾ ਲਵ ਹੈਗਾ ਜੀ, ਹੋਰ 2-4 ਜਾਣੇ ਹੈਗੇ ਜੀ ਨਾਲ, ਹੋਰ ਬਾਰੇ ਮੁੰਡੇ ਸੱਦੇ ਜੀ ਸਰ, ਜੋ ਸੁਖਦੇਵ ਸਿੰਘ ਇੱਕ ਸਰਪੰਚ ਨੇ ਚੂ ਦੱਸ ਦਿੱਤਾ। ਮਹਿਣੀਆਂ ਬ੍ਰਾਹਮਣ ਪਿੰਡ, ਮਹਿਣੀਆਂ ਬ੍ਰਾਹਮਣ ਸਰ, ਅਸੀਂ ਇਨਸਾਫ਼ ਮੰਗਦੇ ਆ ਸਰ, ਉਹਨਾਂ ਦੇ ਕਾਨੂੰਨ ਦੀ ਕਾਰਵਾਈ ਹੋਵੇ। ਐ ਨੀ ਸਰ ਅਸੀਂ ਮਾੜੇ ਆ ਤੇ ਸਾਡੇ ਤੇ ਸਾਡੇ ਕੋਈ ਨਹੀਂ ਹਟਾਉਣ ਦੇ, ਕੋਈ ਪੁਲਿਸ ਵਾਲੇ ਕੋਈ ਕੇਸ ਨਹੀਂ ਆਇਆ ਹਲੇ ਤੱਕ ਸਰ, ਪੁਲਿਸ ਨਹੀਂ ਪਹੁੰਚੀ ਕੋਈ। ਬ੍ਰਾਹਮਣ ਜਿਹੜੀ ਇਹ ਗੋਲੀ ਚੱਲੀ ਹੈ ਤੇ ਉਹਦੀ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ, ਮੌਕੇ ਤੇ ਆਏ ਹਾਂ, ਉਸ ਹਿਸਾਬ ਨਾਲ ਦੇਖ ਕੇ ਤੁਸੀਂ ਦੱਸਦੇ ਆ ਤੁਹਾਨੂੰ। ਬਾਕੀ ਹੁਣ ਇਹਨਾਂ ਦਾ ਬਿਆਨ ਲਿਖਦੇ ਆ, ਬਿਆਨ ਚੋਂ ਪਤਾ ਲੱਗੂਗਾ ਕਿਹੜੇ ਕਿਹੜੇ ਬੰਦੇ ਨਾਲ ਉਹ। ਸਰ ਮੌਕੇ ਤੇ ਕੀ ਕਾਰਵਾਈ ਕੀਤੀ ਜਾ ਰਹੀ? ਮੌਕੇ ਤੇ ਪਰਚਾ ਦੇਵਾਂਗੇ ਜੀ, ਬਿਆਨ ਲਿਖ ਕੇ।